ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਗਬਾਣੀ ਅਤੇ ਮੈਂ ਹਾਂ ਦਿਲਸ਼ੇਰ। ਜਲੰਧਰ ਦੇ ਵਿੱਚ ਇਸ ਵੇਲੇ ਗੜੇਮਾਰੀ ਹੋ ਰਹੀ ਹੈ, ਮੀਂਹ ਪੈ ਰਿਹਾ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਜਲੰਧਰ ਸ਼ਹਿਰ ਦੇ ਵਿੱਚ ਦੱਸਿਆ ਜਾਂਦਾ ਬਹੁਤ ਵੱਡੇ ਪੱਧਰ 'ਤੇ ਇਸ ਵੇਲੇ ਗੜੇਮਾਰੀ ਹੋਈ ਹੈ। ਕੁਛ ਇਲਾਕਿਆਂ ਦੇ ਵਿੱਚ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਗੜੇਮਾਰੀ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਜਲੰਧਰ 'ਚ ਲਗਾਤਾਰ ਅੱਜ ਸਵੇਰ ਤੋਂ ਬੱਦਲ ਛਾਏ ਹੋਏ ਸਨ। ਵੈਸਟਰਨ ਡਿਸਟਰਬੈਂਸ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ। ਮੌਸਮ ਵਿਭਾਗ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ ਦੁਬਾਰਾ ਵਿਗੜ ਸਕਦਾ ਹੈ, ਠੰਡ ਇੱਕ ਵਾਰ ਦੁਬਾਰਾ ਦਸਤਕ ਦੇ ਸਕਦੀ ਹੈ। ਅੱਜ ਸਵੇਰ ਤੋਂ ਹੀ ਦੱਸਿਆ ਜਾਂਦਾ ਹੈ ਕਿ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਇਸੇ ਵਿਚਾਲੇ ਦੁਪਹਿਰ ਦੇ ਸਮੇਂ ਅੱਜ ਗੜੇਮਾਰੀ ਹੋਈ ਹੈ ਅਤੇ ਇਸੇ ਗੜੇਮਾਰੀ ਵਿੱਚ ਲਾਈਵ ਤਸਵੀਰਾਂ ਇੱਧਰ ਸਕਰੀਨ ਤੇ ਦਿਖਾ ਰਹੇ ਹਾਂ। ਬਹੁਤ ਤੇਜ਼ ਬਾਰਿਸ਼ ਇੱਥੇ ਹੋ ਰਹੀ ਹੈ। ਤੁਸੀਂ ਕਿਸ ਇਲਾਕੇ ਨਾਲ ਸੰਬੰਧਿਤ ਹੋ, ਤੁਹਾਡਾ ਕਿਹੜਾ ਇਲਾਕਾ, ਤੁਸੀਂ ਸਾਨੂੰ ਜਾਣਕਾਰੀ ਦੇ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਤੁਹਾਡੇ ਇਲਾਕੇ 'ਚ ਮੌਸਮ ਦਾ ਹਾਲ ਕੀ ਹੈ? ਫਿਲਹਾਲ ਵੱਡੀਆਂ ਤਸਵੀਰਾਂ ਨਾਲ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਸੀ ਮੀਂਹ ਪੈਣ ਦੇ, ਜੇ ਕਹਿ ਸਕਦੇ ਹੋ ਮੀਂਹ ਦੇ ਨਾਲ ਗੜੇਮਾਰੀ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਸੀ। ਪੰਜਾਬ ਦੇ ਵਿੱਚ ਕੱਲ੍ਹ ਵੀ ਗੜੇਮਾਰੀ ਹੋਈ ਹੈ। ਫਿਰੋਜ਼ਪੁਰ ਦੇ ਕੁਛ ਇਲਾਕਿਆਂ ਦੇ ਵਿੱਚ ਕੱਲ੍ਹ ਪੰਜਾਬ 'ਚ ਗੜੇਮਾਰੀ ਹੋਈ ਸੀ, ਜਿੱਥੇ ਅੱਜ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਜਲੰਧਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅੱਜ ਗੜੇਮਾਰੀ ਹੋਈ ਹੈ। ਕੁਛ ਇਲਾਕਿਆਂ 'ਚ ਲਗਾਤਾਰ ਜ਼ਬਰਦਸਤ ਬਾਰਿਸ਼ ਹੋ ਰਹੀ ਹੈ। ਫਿਲਹਾਲ ਮੌਕੇ ਦੀਆਂ ਇਹ ਤਸਵੀਰਾਂ ਨੇ, ਅੱਜ ਥੋੜ੍ਹੀ ਕਹਿ ਸਕਦੇ ਹੋ ਮੀਂਹ ਲਗਾਤਾਰ ਇੱਥੇ ਲਗਾਤਾਰ ਵਾਧਾ ਜਾ ਰਿਹਾ, ਬਹੁਤ ਤੇਜ਼ ਬਾਰਿਸ਼ ਦੇ ਨਾਲ ਨਾਲ ਗੜੇਮਾਰੀ ਵੀ ਹੋ ਰਹੀ ਹੈ। ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਸੀ। ਮੌਸਮ ਵਿਭਾਗ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਹੈ ਜੋ ਫਿਲਹਾਲ ਵਿਗੜਿਆ ਰਹੇਗਾ। ਪੰਜਾਬ ਦੇ ਮੌਸਮ ਨੂੰ ਲੈ ਕੇ ਸਭ ਤੋਂ ਵੱਡੀ ਜਾਣਕਾਰੀ ਦੇ ਰਹੇ ਹਾਂ। ਤੁਸੀਂ ਕਿਸ ਇਲਾਕੇ ਨਾਲ ਸੰਬੰਧਿਤ ਹੋ, ਤੁਹਾਡਾ ਕਿਹੜਾ ਇਲਾਕਾ ਹੈ, ਆਪਣੇ ਇਲਾਕੇ ਦਾ ਨਾਮ ਅਤੇ ਮੌਸਮ ਦਾ ਹਾਲ ਸਾਨੂੰ ਕਮੈਂਟ ਕਰ ਸਕਦੇ ਹੋ। ਫਿਲਹਾਲ ਮੌਕੇ ਦੀਆਂ ਜੋ ਲਾਈਵ ਤਸਵੀਰਾਂ ਕਹਿ ਸਕਦੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਕਰਵਟ ਬਦਲੀ ਹੈ ਮੌਸਮ ਨੇ, ਅਤੇ ਮੌਸਮ ਦੇ ਵਿੱਚ ਕਰਵਟ ਬਦਲਣ ਤੋਂ ਬਾਅਦ ਜੋ ਇਸ ਵੇਲੇ ਲਾਈਵ ਤਸਵੀਰਾਂ ਨੇ ਤੁਸੀਂ ਵੇਖ ਪਾ ਰਹੇ ਹੋ, ਇਸ ਵੇਲੇ ਜੋ ਬਾਰਿਸ਼ ਹੋ ਰਹੀ ਹੈ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ। ਪਰ ਫਿਲਹਾਲ ਦੱਸ ਦਈਏ ਕਿ ਬੀਤੇ ਕੱਲ੍ਹ ਜਦੋਂ ਪੰਜਾਬ ਦੇ ਵਿੱਚ ਮੌਸਮ ਖਰਾਬ ਹੋਇਆ ਤਾਂ ਆਸਮਾਨੀ ਬਿਜਲੀ ਡਿੱਗਣ ਦੇ ਨਾਲ ਜਿੱਥੇ ਮੋਗਾ ਦੇ ਵਿੱਚ ਵੱਡੇ ਪੱਧਰ 'ਤੇ ਨੁਕਸਾਨ ਹੋਇਆ, ਉੱਥੇ ਬੱਚਿਆਂ ਦੀ ਜਾਨ ਬਚ ਗਈ। ਬੱਚੇ ਗਲੀ 'ਚ ਖੇਡ ਰਹੇ ਸਨ ਜਦੋਂ ਆਸਮਾਨੀ ਬਿਜਲੀ ਡਿੱਗੀ ਆ। ਫਿਲਹਾਲ ਬੱਚੇ ਤਾਂ ਬਾਲ ਬਾਲ ਬਚ ਗਏ ਨੇ, ਪਰ ਕਈ ਲੋਕਾਂ ਦੇ ਇਲੈਕਟ੍ਰੋਨਿਕ ਉਪਕਰਨ ਆ ਯੰਤਰ ਨੇ ਉਹ ਸੜ ਗਏ ਸਨ। ਇੱਦਾਂ ਹੀ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਇੱਕ ਮੁੰਡੇ ਦੀ ਮੌਤ ਹੋ ਗਈ ਹੈ। 21-22 ਸਾਲਾਂ ਦਾ ਨੌਜਵਾਨ ਸੀ, ਖੇਤਾਂ 'ਚ ਕੰਮ ਕਰ ਰਿਹਾ ਸੀ, ਮੋਬਾਈਲ 'ਤੇ ਗੱਲ ਕਰਦਾ ਕਰਦਾ ਦੱਸਿਆ ਕਿ ਆਲੂਆਂ ਦਾ ਢੇਰ ਢੱਕਣ ਲੱਗੇ, ਤਰਪੈਲ ਪਾਉਣ ਲੱਗੇ, ਉਸ ਦੇ ਉੱਤੇ ਆਸਮਾਨੀ ਬਿਜਲੀ ਡਿੱਗੀ, ਸਿਰ 'ਤੇ ਬਿਜਲੀ ਪੈਂਦੀ ਹੈ ਅਤੇ ਪੈਰਾਂ ਵਿੱਚੋਂ ਦੀ ਨਿਕਲ ਜਾਂਦੀ ਹੈ, ਜੋ ਜਾਣਕਾਰੀ ਮਿਲੀ ਹੈ। ਮੌਕੇ 'ਤੇ ਹੀ ਮੁੰਡਾ ਮਾਰਿਆ ਜਾਂਦਾ ਹੈ। ਮੌਕੇ 'ਤੇ ਜੋ ਮਜ਼ਦੂਰ ਕੰਮ ਕਰ ਰਹੇ ਸਨ ਉਹਨਾਂ ਦਾ ਦਾਅਵਾ ਹੈ ਕਿ ਜਦੋਂ ਬਿਜਲੀ ਡਿੱਗੀ ਹੈ ਤਾਂ ਉਸ ਨੌਜਵਾਨ ਨੂੰ ਅੱਗ ਲੱਗ ਗਈ ਸੀ। ਫਿਲਹਾਲ ਉਸ ਨੂੰ ਅੱਗ ਨੂੰ ਕਿਸੇ ਤਰੀਕੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਉਹ 21 ਸਾਲਾਂ ਦਾ ਗੱਭਰੂ ਇਸ ਸੰਸਾਰ ਨੂੰ ਅਲਵਿਦਾ ਆ ਚੁੱਕਿਆ ਸੀ। ਪਰ ਫਿਲਹਾਲ ਹੁਣ ਦੀਆਂ ਤਸਵੀਰਾਂ ਨੇ, ਜਲੰਧਰ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ ਫਿਲਹਾਲ ਪੰਜਾਬ ਦੇ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਆਉਣ ਵਾਲੇ ਕੁਝ ਸਮੇਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮੌਸਮ ਦੇ ਵਿੱਚ ਜੇਕਰ ਗੜੇਮਾਰੀ ਇਸੇ ਤਰੀਕੇ ਨਾਲ ਹੁੰਦੀ ਹੈ ਤਾਂ ਮੌਸਮ 'ਚ ਜੋ ਤਬਦੀਲੀ ਆਈ ਹੈ ਮੌਸਮੀ ਤਬਦੀਲੀ ਦੇ ਨਾਲ ਨਾਲ ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ 'ਚ ਠੰਡ ਦੁਬਾਰਾ ਵੱਧ ਸਕਦੀ ਹੈ, ਠੰਡ ਦਾ ਮੌਸਮ ਕਿਤੇ ਨਾ ਕਿਤੇ ਦੁਬਾਰਾ ਬਦਲ ਸਕਦਾ ਹੈ। ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ, ਸਵੇਰ ਸ਼ਾਮ ਦੀ ਠੰਡ ਜ਼ਰੂਰ ਹੈ ਪੰਜਾਬ ਦੇ ਵਿੱਚ, ਪਰ ਇਹ ਆਉਣ ਵਾਲੇ ਦਿਨਾਂ 'ਚ ਦਿਨੇ ਵੀ ਇਸ ਠੰਡ ਦੁਬਾਰਾ ਅਸਰ ਦਿਖਾ ਸਕਦੀ ਹੈ। ਪੰਜਾਬ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਬਦਲੀ ਹੈ, ਜਿਸ ਦੀਆਂ ਤਸਵੀਰਾਂ ਤੁਸੀਂ ਇਸ ਵੇਲੇ ਮੀਂਹ ਦੀਆਂ ਲਾਈਵ ਤਸਵੀਰਾਂ ਕਹਿ ਸਕਦੇ ਹਾਂ। ਮੀਂਹ ਦੀਆਂ ਇਹ ਲਾਈਵ ਤਸਵੀਰਾਂ ਨੇ ਜੋ ਤੁਹਾਡੀ ਸਕਰੀਨ 'ਤੇ ਅਸੀਂ ਸਾਂਝੀਆਂ ਕਰ ਰਹੇ ਹਾਂ। ਫਿਲਹਾਲ ਬੇਹੱਦ ਅਹਿਮ ਤਸਵੀਰਾਂ ਨੇ, ਤੁਹਾਨੂੰ ਫਿਰ ਯਾਦ ਕਰਾ ਦਈਏ ਤੁਹਾਡੇ ਇਲਾਕੇ 'ਚ ਮੌਸਮ ਦਾ ਕੀ ਹਾਲ ਹੈ। ਤੁਸੀਂ ਸਾਨੂੰ ਆਪਣੀ ਪ੍ਰਤੀਕਿਰਿਆ ਕਮੈਂਟ ਕਰ ਸਕਦੇ ਹੋ, ਅਸੀਂ ਤੁਹਾਡੇ ਇਲਾਕੇ ਦੇ ਹਾਲ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਲਹਾਲ ਤੁਹਾਡੇ ਇਲਾਕੇ 'ਚ ਮੀਂਹ ਪੈ ਰਿਹਾ ਜਾਂ ਨਹੀਂ, ਗੜੇਮਾਰੀ ਹੋ ਰਹੀ ਹੈ ਜਾਂ ਮੌਸਮ ਸਾਫ਼ ਹੈ, ਜੋ ਵੀ ਜਾਣਕਾਰੀ ਹੈ ਸਾਨੂੰ ਕਮੈਂਟ ਕਰਨਾ ਨਾ ਭੁੱਲਿਓ। ਪਰ ਅੱਜ ਮੌਸਮ ਦੇ ਵਿੱਚ ਜੋ ਆਈ ਤਬਦੀਲੀ ਦੇ ਵਿਚਾਲੇ ਸਭ ਤੋਂ ਵੱਡੀਆਂ ਤਸਵੀਰਾਂ ਤੁਹਾਡੀ ਸਕਰੀਨ 'ਤੇ ਅਸੀਂ ਲਾਈਵ ਸਾਂਝੀਆਂ ਕਰ ਰਹੇ ਹਾਂ।
ਸਨ। ਤੁਸੀਂ ਵੇਖ ਸਕਦੇ ਹੋ ਲਗਾਤਾਰ ਗੜੇਮਾਰੀ ਹੋ ਰਹੀ ਹੈ ਇੱਥੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ। ਇਹ ਪੂਰੇ ਪੂਰਾ ਫਰਸ਼ ਇਸ ਵੇਲੇ ਚਿੱਟਾ ਹੋਣ ਨੂੰ ਕਰਦਾ। ਫਿਲਹਾਲ ਗੜੇਮਾਰੀ ਦੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ, ਗੜੇਮਾਰੀ ਲਗਾਤਾਰ ਜਾਰੀ ਹੈ। ਇਸ ਗੜੇਮਾਰੀ ਵਿਚਾਲੇ ਸਭ ਤੋਂ ਵੱਡੀਆਂ ਤਸਵੀਰਾਂ ਅਸੀਂ ਤੁਹਾਡੀ ਸਕਰੀਨ 'ਤੇ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲਦਾ ਜਾ ਰਿਹਾ। ਤੁਸੀਂ ਗੜਿਆਂ ਦਾ ਸਾਈਜ਼ ਵੀ ਦੇਖ ਸਕਦੇ ਹੋ, ਵੱਡੇ ਵੱਡੇ ਗੜੇ ਪੈਣੇ ਸ਼ੁਰੂ ਹੋ ਚੁੱਕੇ ਨੇ। ਫਿਲਹਾਲ ਪਹਿਲਾਂ ਜ਼ਰੂਰ ਗੜਿਆਂ ਦੀ ਕਹਿ ਸਕਦੇ ਹੋ ਨਿੱਕੇ ਨਿੱਕੇ ਗੜੇ ਸੀ, ਪਰ ਹੁਣ ਗੜਿਆਂ ਦੀ ਜੋ ਕਹਿ ਵੱਡੇ ਲਗਾਤਾਰ ਹੁੰਦੇ ਜਾ ਰਹੇ ਨੇ। ਪੰਜਾਬ ਦੇ ਵਿੱਚ ਇਸ ਵੇਲੇ ਜੋ ਹੋ ਰਹੀ ਗੜੇਮਾਰੀ ਦੀਆਂ ਲਾਈਵ ਤਸਵੀਰਾਂ ਨੇ, ਪੰਜਾਬ ਸਵੇਰ ਤੋਂ ਅੱਜ ਮੌਸਮ ਦੇ ਵਿੱਚ ਤਬਦੀਲੀ ਸੀ, ਬੱਦਲ ਛਾਏ ਹੋਏ ਸਨ ਕੁਝ ਇਲਾਕਿਆਂ ਦੇ ਵਿੱਚ। ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਗੜੇਮਾਰੀ ਹੋ ਰਹੀ ਹੈ ਅਤੇ ਜਲੰਧਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੜੇ ਡਿੱਗਦੇ ਤੁਸੀਂ ਇਸ ਵੇਲੇ ਲਾਈਵ ਵੇਖ ਪਾ ਰਹੇ ਹੋ। ਆਪਣੇ ਇਲਾਕੇ ਦਾ ਵੀ ਹਾਲ ਦੱਸੋ, ਤੁਹਾਡੇ ਇਲਾਕੇ 'ਚ ਗੜੇਮਾਰੀ ਹੋ ਰਹੀ ਹੈ, ਮੀਂਹ ਪੈ ਰਿਹਾ ਜਾਂ ਮੌਸਮ ਸਾਫ਼ ਹੈ, ਤੁਸੀਂ ਕਮੈਂਟ ਕਰ ਸਕਦੇ ਹੋ। ਪਰ ਫਿਲਹਾਲ ਮੌਸਮ ਦੀ ਤਬਦੀਲੀ ਤੋਂ ਬਾਅਦ ਹੁਣ ਜੋ ਪੰਜਾਬ ਦੇ ਹਾਲਾਤ ਨੇ ਉਹ ਲਾਈਵ ਤਸਵੀਰਾਂ ਅਸੀਂ ਤੁਹਾਡੀ ਸਕਰੀਨ 'ਤੇ ਸਾਂਝੀਆਂ ਕਰ ਰਹੇ ਹਾਂ। ਫਿਲਹਾਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਕਿ ਇਸ ਵੇਲੇ ਗੜੇਮਾਰੀ ਲਗਾਤਾਰ ਜਾਰੀ ਹੈ। ਮੌਸਮੀ ਤਬਦੀਲੀ ਦੇ ਕਾਰਨ ਠੰਡ ਵਧਣ ਦੇ ਆਸਾਰ ਮੌਸਮ ਵਿਭਾਗ ਦੇ ਵੱਲੋਂ ਜਿਤਾਏ ਗਏ ਨੇ। ਪੰਜਾਬ 'ਚ ਦੁਬਾਰਾ ਇੱਕ ਵਾਰ ਠੰਡ ਦਸਤਕ ਦੇ ਸਕਦੀ ਹੈ। ਬੇਸ਼ੱਕ ਮੌਸਮ ਦੇ ਵਿੱਚ ਕੁਝ ਤਬਦੀਲੀ ਆਈ ਸੀ, ਮੌਸਮ ਕੁਝ ਗਰਮ ਹੋਣਾ ਸ਼ੁਰੂ ਹੋ ਗਿਆ ਸੀ, ਪਰ ਇਸੇ ਵਿਚਾਲੇ ਇਹ ਵੱਡੀਆਂ ਤਸਵੀਰਾਂ ਲਾਈਵ ਦਿਖਾ ਰਹੇ ਹਾਂ। ਫਿਲਹਾਲ ਇਹਨਾਂ ਤਸਵੀਰਾਂ ਵਿਚਾਲੇ ਤੁਸੀਂ ਵੇਖ ਸਕਦੇ ਹੋ ਕਿੱਦਾਂ ਲਗਾਤਾਰ ਗੜੇਮਾਰੀ ਹੋ ਰਹੀ ਹੈ, ਬੇਹੱਦ ਜ਼ਿਆਦਾ ਵੱਡੇ ਪੱਧਰ 'ਤੇ ਗੜੇਮਾਰੀ ਦੀਆਂ ਤਸਵੀਰਾਂ ਲਾਈਵ ਨੇ। ਥੋੜ੍ਹਾ